किसानां नूं कोरोना फैलाउण दा कारण दसण वाले मंत्रियां नूं किसान आगू सरदार बलबीर सिंह राजेवाल ने ठोकवां जवाब दिता है। उन्हां चंडीगढ़ किसान भवन विखे प्रैस कॉन्फ्रेंस नूं संबोधन करदिआं आख्या कि किसानी मोर्चे कोल कोरोना नाल निजिठण दे प्रबंध सरकार नालों किते ज्यादा ने। उन्हां आख्या कि किसानां वल्लों ऑक्सीजन समेत 10 बैडां वाला हस्पताल भी तैयार किया गया है। सरदार राजेवाल अगे आखदे ने कि किसानां ने चिट्ठी लिख के प्रधानमंत्री नूं मुड़ गलबात दा प्रस्ताव दिता है, पर जे सरकार ने किसानां नाल गल ना कीती तां किसान संघर्ष नूं होर तिखा कर देणगे, जिस तहत पछमी बंगाल वांग यूपी विच वी किसान सरकार खिलाफ प्रचार करनगे। इना ही नहीं, कोरोना तो बाद किसान राष्ट्रीय सम्मेलन भी करनगे। ਸਾਡੇ ਤੇ ਇਲਜ਼ਾਮ ਲਾਉਣ ਦਾ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਕਹਿੰਦੇ ਨੇ ਵੀ ਜਿਹੜਾ ਮੋਰਚੇ 'ਚੋਂ ਆਉਂਦਾ ਉਹ ਪਹਿਲਾਂ ਆਪਣਾ ਟੈਸਟ ਕਰਵਾ ਕੇ ਪਿੰਡ 'ਚ ਜਾਵੇ, ਪਹਿਲਾਂ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਤੁਹਾਤੇ ਆਪਣਾ ਘਰ ਸਾਹਮਣੇ ਹੁੰਦਾ, ਆ ਜਾਓ ਅਸੀਂ ਤੁਹਾਨੂੰ ਟੈਸਟ ਕਰਵਾ ਦਈਏ, ਉੱਥੇ ਤੁਹਾਡੇ ਕੋਲ ਫੈਸਿਲਿਟੀ ਕੀ ਹੈ। ਐਵੇਂ ਸਾਰਾ ਆਪਣੀ ਸਰਕਾਰ ਬਚਾਉਣ ਲਈ ਕੇਂਦਰ ਤੋਂ ਡਰਦੇ ਮਾਰੇ ਅਤੇ ਸਾਡੇ ਉੱਤੇ ਇਹ ਵੀ ਇਲਜ਼ਾਮ ਲਾਉਣ ਤੁਰ ਪਏ, ਉਹ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਲੋਕਾਂ ਨੂੰ ਬੇਵਕੂਫ ਨਾ ਬਣਾਓ, ਸਾਡੀ ਮੰਗ ਹੈ ਲੋਕਾਂ ਦਾ ਇਲਾਜ ਫ੍ਰੀ ਆਫ ਕਾਸਟ ਕਰੋ, ਵੈਕਸੀਨੇਸ਼ਨ ਫ੍ਰੀ ਕਰੋ, ਦਵਾਈਆਂ ਵੰਡੋ ਔਰ ਇੱਕ ਅਵੇਅਰਨੈਸ ਕੰਪੇਨ ਚਲਾਓ। ਤੁਹਾਡਾ ਜਿਹੜਾ ਹੈਗਾ ਮੈਡੀਕਲ ਵਿਭਾਗ ਦਾ ਸਾਰਾ ਸਟਾਫ ਉਹ ਤਾਂ ਹੜਤਾਲ 'ਤੇ ਗਿਆ ਹੋਇਆ, ਅਤੇ ਕੀ ਕਰਦੇ ਹੋ ਤੁਸੀਂ? ਕੀ ਸਰਕਾਰ ਤੋਂ ਲੋਕ ਆਸ ਕਰ ਸਕਦੇ ਆ? ਲੋਕਾਂ 'ਚ ਤਰਾਹੀ ਤਰਾਹੀ ਮੱਚੀ ਹੋਈ ਹੈ ਅਤੇ ਇਹ ਅਖਬਾਰਾਂ 'ਚ ਬਿਆਨ ਦੇਣ ਤੱਕ ਸੀਮਤ ਨੇ। ਤੋ ਇੱਕ ਤਾਂ ਇਹਦੀ ਮੈਂ ਘੋਰ ਨਿੰਦਾ ਕਰਦਾ ਔਰ ਚੇਤਾਵਨੀ ਦਿੰਦਾ ਵੀ ਬਿਨਾਂ ਵਜ੍ਹਾ ਅੰਦੋਲਨ ਦੇ ਜਿਹੜੇ ਨਾਕੇ ਨੇ ਉਹਨਾਂ ਨੂੰ ਬਦਨਾਮ ਨਾ ਕਰੋ। ਆ ਕੇ ਦੇਖੋ ਜੇ ਜ਼ਮੀਰ ਹੈ ਸਾਡੇ ਕੋਲ, ਆ ਕੇ ਦੇਖੋ ਅਸੀਂ ਕਿਵੇਂ ਦਵਾਈਆਂ ਵੰਡਦੇ ਹਾਂ, ਕਿੰਨਾ ਉਹਨਾਂ ਦਾ ਖਿਆਲ ਰੱਖਦੇ ਹਾਂ। ਜਿਹੜੇ ਲੋਕ ਉੱਥੇ ਨੇ ਉਹ 101% ਸੇਫ ਨੇ, ਜਦੋਂ ਇੱਥੇ ਆ ਜਾਂਦੇ ਨੇ ਫਿਰ ਉਹ ਇਸ ਬਿਮਾਰੀ 'ਚ ਘਿਰ ਜਾਂਦੇ ਨੇ ਕਿਉਂਕਿ ਸਰਕਾਰ ਨਾਲਾਇਕ ਹੈ। ਔਰ ਮੈਂ ਸਰਕਾਰ ਨੂੰ ਅਸੀਂ ਚੇਤਾਵਨੀ ਦਿੱਤੀ ਹੈ ਵੀ 26 ਤਾਰੀਖ ਨੂੰ ਤੁਹਾਡੀ ਕਾਰਗੁਜ਼ਾਰੀ 'ਤੇ 22 ਜਨਵਰੀ ਤੋਂ ਬਾਅਦ ਇੱਕ ਵੀ ਮੀਟਿੰਗ ਸਰਕਾਰ ਨੇ ਨਹੀਂ ਬੁਲਾਈ। ਇਹ ਸਰਕਾਰ ਵੱਲੋਂ ਗੱਲਬਾਤ ਦਾ ਰਸਤਾ ਬੰਦ ਹੋਇਆ, ਅਸੀਂ ਕਦੀ ਇਨਕਾਰ ਨਹੀਂ ਕੀਤਾ ਗੱਲਬਾਤ ਤੋਂ। ਔਰ ਅਸੀਂ ਰੀਸੈਂਟਲੀ ਇੱਕ ਚਿੱਠੀ ਲਿਖ ਕੇ ਵੀ ਪ੍ਰਧਾਨ ਮੰਤਰੀ ਨੂੰ ਕਿਹਾ ਬਈ ਤੁਹਾਡੀ ਉਹ ਜਿਹੜੀ ਇੱਕ ਕਾਲ ਦੀ ਦੂਰੀ ਆ ਉਹ ਕਿੱਥੇ ਹੈ, ਸਾਨੂੰ ਦੱਸੋ, ਅਸੀਂ ਗੱਲਬਾਤ ਲਈ ਤਿਆਰ ਹਾਂ। ਪਰ ਜੇ ਤੁਸੀਂ ਹਾਲੇ ਵੀ ਗੱਲਬਾਤ ਨਹੀਂ ਕਰੋਗੇ ਤਾਂ ਅਸੀਂ ਬੰਗਾਲ 'ਚ ਚਾਡਾ ਛਕਾ ਤਾ। ਯੂਪੀ ਦੀਆਂ ਪੰਚਾਇਤ ਇਲੈਕਸ਼ਨਾਂ ਵਿੱਚ ਅੰਦੋਲਨ ਦਾ ਹੀ ਅਸਰ ਸੀ ਕਿਉਂਕਿ ਯੂਪੀ ਦੇ ਲੋਕ ਉੱਥੇ ਆ ਕੇ ਬਹਿੰਦੇ ਨੇ, ਉੱਥੇ ਬੁਰੀ ਤਰ੍ਹਾਂ ਪੰਚਾਇਤ ਇਲੈਕਸ਼ਨ ਵੀ ਹਾਰੇ। ਜੇ ਹਾਲੇ ਵੀ ਇਹ ਠੀਕ ਰਾਹ 'ਤੇ ਨਹੀਂ ਆਉਣਗੇ ਤਾਂ ਅਸੀਂ ਯੂਪੀ ਔਰ ਉੱਤਰਾਖੰਡ ਵਾਲੇ ਪਾਸੇ ਕੰਪੇਨ ਸ਼ੁਰੂ ਕਰਨ ਵਾਲੇ ਹਾਂ। ਆਉਂਦੀਆਂ ਇਲੈਕਸ਼ਨਾਂ ਤੱਕ ਇਹਨਾਂ ਦਾ ਉੱਥੇ ਵੀ ਮਾਂਜਾ ਫੇਰ ਦਿਆਂਗੇ, ਹੌਲੀ ਹੌਲੀ ਸਾਰੇ ਦੇਸ਼ 'ਚੋਂ ਪੱਟ ਦਿਆਂਗੇ। ਇੱਕ ਗੱਲ, ਇਹਨੂੰ ਹੋਰ ਅੱਗੇ ਵਧਾਉਣ ਵਾਸਤੇ ਅਸੀਂ ਇੱਕ ਨੈਸ਼ਨਲ ਕਨਵੈਨਸ਼ਨ ਕਰਨ ਵਾਲੇ ਹਾਂ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਦੀ, ਕਿਸਾਨ ਜਥੇਬੰਦੀਆਂ ਦੀ। ਉਹਦੀ ਕੋਵਿਡ ਦੀ ਵਜ੍ਹਾ ਕਰਕੇ ਡੇਟ ਨਹੀਂ ਹਾਲੇ ਫਾਈਨਲ ਹੋ ਰਹੀ, ਅਸੀਂ ਚਾਹੁੰਦੇ ਹਾਂ ਕੋਵਿਡ ਤੋਂ ਥੋੜ੍ਹਾ ਜਿਹਾ ਛੁਟਕਾਰਾ ਮਿਲੇ ਔਰ ਉਹਦੇ ਲਈ ਅਸੀਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਇੱਕ ਕਮੇਟੀ ਬਣਾ ਦਿੱਤੀ ਗਈ ਹੈ, ਇੱਕ ਅੱਧੇ ਦਿਨ ਵਿੱਚ ਉਹਨਾਂ ਦੇ ਸਾਰਿਆਂ ਦੇ ਨਾਂ ਵੀ ਅਸੀਂ ਪ੍ਰੈਸ ਨੂੰ ਰਿਲੀਜ਼ ਕਰ ਦਿਆਂਗੇ। ਉਹਨਾਂ ਨੂੰ ਕਿਹਾ ਆਪਣਾ ਕੰਮ ਸ਼ੁਰੂ ਕਰੋ, ਜਦੋਂ ਵੀ ਕੋਵਿਡ ਤੋਂ ਛੁਟਕਾਰਾ ਮਿਲਿਆ ਅਸੀਂ ਸਾਰੇ ਦੇਸ਼ ਵਿੱਚ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਵਾਸਤੇ ਅਸੀਂ ਨੈਸ਼ਨਲ ਕਨਵੈਨਸ਼ਨ ਕਰਕੇ ਇਹਨੂੰ ਅੱਗੇ ਲੈ ਕੇ ਜਾਵਾਂਗੇ। ਤੋ ਅਸੀਂ ਤੈਅ ਕੀਤਾ ਵੀ 26 ਤਾਰੀਖ ਨੂੰ ਸਾਰੇ ਦੇਸ਼ ਦੇ ਲੋਕ ਆਪਣੇ ਹਰ ਅਦਾਰੇ 'ਤੇ, ਆਪਣੇ ਘਰ 'ਤੇ, ਦੁਕਾਨ 'ਤੇ, ਇੰਡਸਟਰੀ 'ਤੇ, ਪਿੰਡਾਂ ਵਿੱਚ ਕਿਸਾਨ ਆਪਣੇ ਘਰਾਂ 'ਤੇ, ਟਰੈਕਟਰਾਂ 'ਤੇ, ਹਰ ਜਗ੍ਹਾ ਕਾਲੇ ਝੰਡੇ ਲਾ ਕੇ ਉਸ ਦਿਨ ਰੋਸ ਪ੍ਰਗਟ ਕਰਨਗੇ। ਔਰ ਉਸ ਦਿਨ ਇਹ ਤੋਂ ਇਲਾਵਾ 12 ਵਜੇ ਤੱਕ ਹਰ ਪਿੰਡ ਜਾਂ ਮੁਹੱਲੇ ਦੇ ਵਿੱਚ ਮੋਦੀ ਦੇ ਪੁਤਲੇ ਬਣਾ ਕੇ ਫੂਕੇ ਜਾਣਗੇ।